ਮਾਸ਼ਾ ਕਾਫੀ ਆਬਾਦੀ ਵੀ ਹੈ ਅਤੇ ਰਹਿਣਾ ਨਜੀਤ ਸ਼ਿਵ ਜਿਹੜਾ ਇੱਥੇ ਮਾਸ਼ਾ ਸਮਝੋ ਘੁੰਮਣਾ ਬਹੁਤ ਬੜਾ ਸਾਸਾ ਦਾ ਲੋਕ ਉਹਨਾਂ ਨਾਲ ਰੋਡ ਤੇ ਜ਼ਰੂਰ ਬਣਨੀ ਚਾਹੀਦੀ ਹੈ। ਸਰ ਮੈਂ ਪਹਿਲੇ ਵੀ ਗੁਜ਼ਾਰਿਸ਼ ਕਰੀ ਜਿਹੜੇ ਸਹੀ ਸਾਹਿਬ ਵੀ ਦੱਸੇ ਸੀ ਖਵੰਡ ਸਾਹਿਬ ਜਿਹੜਾ ਉਹਨਾਂ ਦੀ ਏਸੀ ਸਾਹਿਬ ਨੇ ਸੁਣਾਈ ਉਹਨਾਂ ਦੀ ਗੁਜ਼ਾਰਿਸ਼ ਕੀਤੀ ਸੀ ਕਿ ਸਾਹਿਬ ਸਰ ਇੱਥੇ ਮਨਸੂਬੀ ਦਿੱਤੀ ਜਾਏ ਨਵੀਂ ਸ਼ਹੀਦ ਲੈਂਕ ਤੋਂ, ਠੀਕ ਹੈ। ਅਤੇ ਦੂਸਰਾ ਹੈ ਕਿ ਇੱਥੋਂ ਕੰਮ ਅਸਮ ਸਦਕਾ ਜਾਰੀ ਅਸਮ ਮੈਂ ਕਿਹਾ ਮੈਂ ਬਹੁਤ ਬੜੇ ਇਨਾਮ ਹੱਥਾਂ ਨਾਲ ਅਸਮ ਸਰ ਕਿ ਸਦਕਾ ਜਾਰੀ ਸ਼ਕਲੀ 'ਚ ਸੜਕ ਦਿੱਤੀ ਜਾਏ ਬੋਲ ਤੋੜ ਕਬਰਸਤਾਨ ਦਾ, ਤਾਂ ਕਿ ਇੱਕ ਤਾਂ ਯਾਦ 'ਚ ਜਿਹੜਾ ਯਾਦ ਵੀ ਰਹੇਗੀ ਔਰ ਸਦਕਾ ਜਾਰੀਆ ਵੀ ਹੈ ਔਰ ਪਾਕ ਫੌਜ ਦਾ ਨਾਮ ਵੀ ਜ਼ਿੰਦਾ ਰਹੇਗਾ ਆਲਰੇਡੀ ਤਾਂ ਸ਼ਹੀਦ ਆਲਰੇਡੀ ਹੈ ਅਤੇ ਪਾਕ ਫੌਜ ਨੇ ਸੜਕ ਦੇਣੀ ਤਾਂ ਅਸਮ ਜੋ ਵੀ ਇਨਸ਼ਾਅੱਲਾ ਉਸ ਹਿਸਾਬ ਨਾਲ ਕਰਾਂਗੇ ਤਾਂ ਅਸੀਂ ਸਪੈਸ਼ਲੀ ਗੁਜ਼ਾਰਿਸ਼ ਕਰਨੇ ਹਾਂ ਆਪਣੇ ਕਮਾਂਡਰ ਜਿਹੜੇ ਸੈਨਿਕ ਸਾਹਿਬ ਨੂੰ ਦੁਬਾਰਾ ਯਾਦ ਨਹੀਂ ਕਰਾਉਣਾ ਚਾਹੁੰਦਾ ਆਪਣੇ ਚੀਫ ਆਰਮੀ ਸਟਾਫ ਹੋ ਗਏ ਆਪਣੇ ਡਿਪ ਕਮਾਂਡਰ ਸਾਹਿਬ ਹੋ ਗਏ ਅਸਾਂ ਨੇ ਇਹ ਗੁਜ਼ਾਰਿਸ਼ ਕਰਨਾ ਚਾਹੁੰਦੇ ਹਾਂ ਕਿ ਕਮ ਅਸਮ ਸੜਕ ਜਿਹੜੇ ਨਵੀਂ ਸ਼ਹੀਦ ਨਾ ਪਰ ਸੜਕ ਮਤਲਬ ਸਥਾਨ ਤੱਕ ਜਾਣੀ ਚਾਹੀਦੀ ਹੈ ਤਾਂ ਕਿ ਲੋਕ ਜਿਹੜਾ ਬਹੁਤ ਮੁਸ਼ਕਿਲ ਇਲਾਕਾ ਹੈ ਤਾਂ ਕਿ ਲੋਕ ਫਤਿਹਖਾਨੇ ਵਾਸਤੇ ਆਉਣੇ ਹਰ ਮਾਮਲਾ ਜਾਣੇਗਾ ਉਹ ਲੋਕਾਂ ਦੀ ਸਹੂਲਤ ਦਿੱਤੀ ਜਾਏ ਔਰ ਅਸਾਂ ਵਾਸਤੇ ਵੀ ਆਸਾਨੀ ਹੈ ਕਿ ਮਾਮਲਾ ਜਿਹੜਾ ਕਲੀਅਰ ਹੋ ਜਾਵੇ। ਮੈਂ ਖਰਾਜੀ ਤਸੀਮ ਪੇਸ਼ ਕਰਨਾ ਜਨਾਬ ਰਵੀ ਸ਼ਹੀਦ ਜੀ ਔਰ ਅਸਾਂ ਦਾ ਇਨਸ਼ਾਅੱਲਾ ਇਹ ਤੀਸਰਾ ਬੰਦਾ ਸ਼ਹੀਦ ਹੋਇਆ ਅਲਹਮਦੁਲਿਲਾ। ਅਸਾਂ ਚਾਚੇ ਯੂਸਫ ਸ਼ਹੀਦ ਹੋਏ, ਭਾਈ 2005 ਵਿੱਚ ਸ਼ਹੀਦ ਹੋਇਆ ਅਲਹਮਦੁਲਿਲਾ, ਅਸਾਂ ਵੀ ਅੱਲਾਹ ਤਾਲਾ ਗਾਜ਼ੀ ਨਸੀਬ ਕਬੂਲ ਕਰਿਆ। ਅਸੀਂ ਫੈਮਿਲੀ ਵਾਸਤੇ ਅਲਹਮਦੁਲਿਲਾ ਅਸਾਂ ਫਖਰ ਮਹਿਸੂਸ ਕਰਦੇ ਹਾਂ ਆਪਣੇ ਸ਼ਹੀਦ ਨਾਲ ਔਰ ਅੱਲਾਹ ਤਾਲਾ ਬੰਦਾ ਅਹਿਸਾਨ ਹੈ ਸਮਝ ਕੇ ਅਸਾਂ ਅਲਹਮਦੁਲਿਲਾ ਇਤਨਾ ਬੜੇ ਖਾਨਦਾਨ 'ਚ ਅੱਲਾਹ ਅਸੀਂ ਪੈਦਾ ਕੀਤਾ ਕਿ ਸਾਰੇ ਅਸਾਂ ਚੌਥਾ ਬੰਦਾ ਤੀਸਰਾ ਬੰਦਾ ਸ਼ਹੀਦ ਹੋਇਆ। ਸਰ ਸੜਕ ਨਿਵਾਲੇ ਨਾਲ ਉਸ ਦਿਨ ਤਦਫੀਨ ਜਿਸ ਦਿਨ ਆਈ ਸ਼ਾਮ ਦੇ ਟਾਈਮ ਮਿਨਿਸਟਰ ਸਾਹਿਬ ਆਏ ਸੀ ਆਈ ਸ਼ਾਮ ਸੋਨੀ ਸਾਹਿਬ ਅਤੇ ਉਹਨਾਂ ਇਹ ਗੱਲ ਆਖੀ ਸੀ ਕਿ ਜੀ ਮੈਂ ਅੱਜ ਹੀ ਨਾਲ ਕਰਨਾ ਅਤੇ ਇੱਕ ਦੋ ਦਿਨਾਂ 'ਚ ਇਨਸ਼ਾਅੱਲਾ ਮਸ਼ੀਨ ਆ ਜਾਏਗੀ ਕਮ ਅਜ਼ਮ ਜਿਹੜੀ ਰੋਡ ਉੱਪਰ ਤੋਂ ਲੈ ਕੇ ਨੀਚੇ ਕਬਰਸਤਾਨ ਤੱਕ ਵੀ ਇਸਕੀ ਮਤਲਬ ਬਿਹਤਰ ਕਰ ਸੀ ਅਤੇ ਅਸੀਂ ਇੱਕ ਵਾਰ ਫਿਰ ਮਨਿਸਟਰ ਸਾਹਿਬ ਵੀ ਯਾਦਾਨ ਨਹੀਂ ਕਰਾਉਣਾ ਚਾਹੁੰਦੇ ਹਾਂ ਕਿ ਜਨਾਬ ਤੁਸੀਂ ਗੱਲ ਕੀਤੀ ਸੀ ਉਸ ਮਸ਼ੀਨ ਚਲੋ ਕਿਸੇ ਭਿਜਵਾ ਦਿਓ ਤਾਂ ਕਿ ਇਸ ਕੰਮ ਹੋ ਸਕੇ। ਲੋਕ ਬੜੇ ਦੂਰ ਦਰਾਜ ਤੋਂ ਲੋਕ ਫਾਤਿਹ ਖਾਨੀ ਕੇ ਲਈ ਆ ਰਹੇ ਹਨ ਅਤੇ ਉਹਨਾਂ ਦੀ ਬੜੀ ਪ੍ਰੋਬਲਮ ਹੈ, ਬੜੇ ਬਜ਼ੁਰਗ ਬੰਦੇ ਵੀ ਹਨ, ਲੇਡੀਜ਼ ਵੀ ਹਨ, ਉਹਨਾਂ ਦੀ ਆਉਣੇ ਜਾਣੇ ਦੀ ਬੜੀ ਦਿੱਕਤ ਹੋ ਰਹੀ ਹੈ ਅਤੇ ਅਸੀਂ ਅਗਰ ਉਹ ਚਲੋ ਮਸ਼ੀਨ ਭੇਜ ਦਿਆਂ ਤਾਂ ਉੱਪਰ ਥੋੜ੍ਹਾ ਜਿਹਾ ਕੰਮ ਥੋੜ੍ਹਾ ਪੈਰ ਰੱਖਦੇ ਹਾਂ ਅਸੀਂ ਕੋਈ ਜਗ੍ਹਾ ਬਿਹਤਰ ਹੋ ਜਾਏ ਚਲੋ ਅੱਛੀ ਬਾਤ ਉਹਨਾਂ ਦੀ ਮਿਹਰਬਾਨੀ ਹੈ। ਚਲੋ ਤੁਸੀਂ ਵੀ ਗੱਲ ਕਰੇ ਉਹਨਾਂ ਨਾਲ ਜ਼ਰੂਰ ਜੀ ਮਿਹਰਬਾਨੀ ਕਰੋ ਸਰ ਅਲੀਸ਼ਾਨ ਸੋਨੀ ਸਾਹਿਬ ਇਸ ਏਰੀਏ ਨੇ ਸਰਬਰਾ ਆਣਗੇ ਔਰ ਖੁਦ ਵੀ ਚੱਲ ਕੇ ਆਏ ਨੇ ਦੇਖੇ ਗਏ ਸੁਣ ਤਾਲ ਕੇ ਇੱਥੇ ਕਿੰਨੀ ਮੁਸ਼ਕਿਲਾਂ ਉਸ ਦਿਨ ਉਹ ਪਹੁੰਚੇ ਅਤੇ ਚਲੋ ਮਿਹਰਬਾਨੀ ਹੈ ਕਿ ਅਗਰ ਉਹ ਭੇਜ ਦੇਣ ਮਹਿਕਮੇ ਨਾਲ ਗੱਲ ਕਰਕੇ ਥੋੜ੍ਹੀ ਜਿਹੀ ਆਸਾਨੀ ਹੋ ਜਾਏਗੀ ਜਿਹੜੇ ਲੋਕ ਆ ਰਹੇ ਉਹਨਾਂ ਵਾਸਤੇ। ਆਮੀਨ।